ਭਾਰਤੀ ਕਿਸਾਨ ਜਥੇਬੰਦੀਆਂ ਵੱਲੋਂ ਬਣਾਈ ਗਈ ਕਮੇਟੀ ਦਾ ਇੱਕ ਵਫਦ ਅੱਜ ਪੰਜਾਬ ਦੇ ਰਾਜਪਾਲ ਨੂੰ ਕਿਸਾਨ ਆਰਡੀਨੈਂਸ ਦੇ ਵਿਰੋਧ ਵਜੋਂ ਜਦੋਂ ਮੰਗ ਪੱਤਰ ਦੇਣ ਆਇਆ ਤਾਂ ਰਾਜਪਾਲ ਦੇ ਦਫ਼ਤਰ ਵੱਲੋਂ ਕੋਈ ਵੀ ਅਧਿਕਾਰੀ ਮੰਗ ਪੱਤਰ ਲੈਣ ਨਹੀਂ ਆਇਆ ਜਿਸ ਕਾਰਨ ਕਿਸਾਨ ਆਗੂਆਂ ਨੇ ਗਵਰਨਰ ਹਾਊਸ ਦੇ ਬਾਹਰ ਧਰਨਾ ਮਾਰ ਦਿੱਤਾ। ਇਸ ਮੌਕੇ ਤੇ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲਾ ਤੇ ਹਰਿੰਦਰ ਸਿੰਘ ਲੱਖੋਵਾਲ ਦਾ ਕਹਿਣਾ ਹੈ ਕਿ ਇਹ ਕਿਸਾਨਾਂ ਨਾਲ ਸਰਾਸਰ ਧੱਕੇਸ਼ਾਹੀ ਹੈ। ਧਰਨੇ ਤੇ ਬੈਠੇ ਕਿਸਾਨਾਂ ਨੂੰ ਚੰਡੀਗੜ੍ਹ ਪੁਲਿਸ ਨੇ ਜਾਣ ਲਈ ਕਿਹਾ ਤਾਂ ਉਹਨਾਂ ਨੇ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਕਿਸਾਨ ਬਿਨਾਂ ਮੰਗ ਪੱਤਰ ਦਿੱਤੇ ਹੀ ਵਾਪਸ ਚਲੇ ਗਏ। ਕੰਡਰੇਟ ਸਿਟੀਜ਼ਨਸ ਜੇ ਇਹ ਸਥਿਤੀ ਨਾ ਹੁੰਦੀ ਤਾਂ ਅਸੀਂ ਉੱਥੇ ਕਿਹੜਾ ਕਿਲਾ ਢਾਉਣਾ ਸੀ? ਪੀਸਫੁਲ ਰਹਿ ਕੇ ਸਾਡਾ ਇੱਕ ਖਾਸਾ ਹੈ, ਸਾਰੀ ਜ਼ਿੰਦਗੀ ਅਸੀਂ ਪੀਸਫੁਲ ਰਹੇ ਹਾਂ, ਅਸੀਂ ਕਦੇ ਫੁੱਲ ਨਹੀਂ ਤੋੜਿਆ ਅਤੇ ਸਾਡੀ ਇਹੀ ਇੱਕ ਖੂਬੀ ਹੈ। ਅਸੀਂ ਉੱਥੇ ਕੀ ਕਰਨਾ ਸੀ? ਕਾਲੇ ਕੱਪੜੇ ਪਾ ਕੇ ਅਸੀਂ ਪ੍ਰੋਟੈਸਟ ਕਰਨਾ ਸੀ, ਉਹਨਾਂ ਨੇ ਸਾਡੇ ਤੋਂ ਪਾਬੰਦੀ ਲਾ ਦਿੱਤੀ ਦਿੱਲੀ ਵਾਲਿਆਂ ਨੇ, ਅਸੀਂ ਇੱਥੇ ਪ੍ਰੋਟੈਸਟ ਕਰਨ ਆ ਗਏ। ਹੁਣ ਇਹ ਸਾਨੂੰ ਇੱਥੇ ਲੈ ਆਏ ਵੀ ਮੈਮੋਰੈਂਡਮ ਗਵਰਨਰ ਨੂੰ ਦੇ ਦਿਓ, ਇੱਥੇ ਆ ਕੇ ਹੁਣ ਸਾਨੂੰ ਕਹਿੰਦੇ ਨੇ ਜੀ ਗਵਰਨਰ ਸਾਹਿਬ ਨੂੰ ਪੁੱਛਦੇ ਹਾਂ ਜੀ ਸਾਨੂੰ ਦੇ ਦਿਓ। ਇਹ ਤਾਂ ਕੀ ਕਹਿੰਦੇ ਨੇ ਜਵਾਬ ਦੇਣਗੇ, ਉਹਦੇ ਬਾਅਦ ਫਿਰ ਅਸੀਂ ਡਿਸਾਈਡ ਕਰਾਂਗੇ ਕੀ ਕਰਨਾ। ਇਹਦੀ ਗੱਲ ਹਾਂ, ਸਾਨੂੰ ਇਹ ਚੰਗੀ ਤਰ੍ਹਾਂ ਪਤਾ ਵੀ ਕਿਸਾਨ ਨਾਲ ਬਿਹੇਵੀਅਰ ਇੱਦਾਂ ਦਾ ਹੀ ਰਹੂਗਾ ਜਿੰਨੀ ਦੇਰ ਤੱਕ ਅੱਜ ਦਾ ਜਿਹੜਾ ਪੋਲੀਟੀਕਲ ਸਿਸਟਮ ਹੈ। ਇਹ ਤਾਂ ਚਿੱਟੇ ਕੱਪੜੇ ਪਾ ਕੇ ਸੈਂਟ ਛਿੜਕ ਕੇ ਜਿਹੜੇ ਲੀਡਰ ਇੱਥੇ ਆਉਂਦੇ ਨੇ ਉਹ ਇੱਕ ਅਲੱਗ ਕੈਟੇਗਰੀ ਹੈ, ਕਿਸਾਨ ਦੀ ਅਲੱਗ ਕੈਟੇਗਰੀ ਹੈ ਕਿਸਾਨ। ਤੁਸੀਂ ਕਿਵੇਂ ਦੇਖਦੇ ਹੋ ਸਿਰਫ ਜਿਹੜੇ ਵੱਡੇ ਲੀਡਰ ਹੈਗੇ ਨੇ ਹੁਣੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮਿਲ ਕੇ ਗਏ ਹੈਗੇ ਨੇ, ਕੀ ਤੁਹਾਡਾ ਸਮਾਂ ਫਿਕਸ ਸੀਗਾ 2 ਵਜੇ ਦਾ ਰਾਜਪਾਲ ਸਾਹਿਬ ਉਹਨਾਂ ਨੂੰ ਮਿਲਣ? ਨਹੀਂ, ਅਸੀਂ ਫਿਕਸ ਨਹੀਂ ਸੀਗਾ। ਅਸੀਂ ਤਾਂ ਆ ਕੇ ਕਿਉਂਕਿ ਸਾਨੂੰ ਇੱਥੇ ਪਹਿਲਾਂ ਤਾਂ ਪਤਾ ਨਹੀਂ ਸੀ ਵੀ ਇੱਥੇ ਆਉਣਾ, ਅਸੀਂ ਤਾਂ ਅੱਜ ਦਿੱਲੀ ਜਾ ਰਹੇ ਸੀ ਅਤੇ ਅਸੀਂ ਸਵੇਰੇ ਜਿਹੜੀ ਸੀ ਸਾਡੇ ਪੁਲਿਸ ਵਾਲੇ ਭਰਾ ਉਹਨਾਂ ਨੂੰ ਕਿਹਾ ਵੀ ਅਸੀਂ ਮੈਮੋਰੈਂਡਮ ਗਵਰਨਰ ਨੂੰ ਦੇਣਾ, ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਅਤੇ ਸਾਨੂੰ ਇਸ ਗੱਲ ਦਾ ਅਫਸੋਸ ਹੈ ਵੀ ਉਹ ਸਾਨੂੰ ਇੱਥੇ ਲੈ ਕੇ ਆਏ ਨੇ। ਇੱਥੇ ਹੁਣ ਗਵਰਨਰ ਹਾਊਸ ਵਾਲੇ ਸਾਨੂੰ ਕਹਿੰਦੇ ਨੇ ਪੁੱਛਦੇ ਹਾਂ ਜੀ ਕਰਦੇ ਹਾਂ ਜੀ, ਅਸੀਂ ਉਹਨਾਂ ਦੇ ਵਿਰੋਧ 'ਚ ਬੈਠੇ ਹਾਂ ਅਤੇ ਪੁਲਿਸ ਵਾਲੇ ਦਾ ਕੀ ਕਸੂਰ ਆ? ਉਹਨਾਂ ਦੇ ਕਿਹੜਾ ਇੱਥੇ ਇੱਕ DSP ਕਿਹਾ, ਇੱਕ ਇੰਸਪੈਕਟਰ ਕਹੇ, ਉਹਦੀ ਵਿਚਾਰੇ ਦੀ ਇੱਥੇ ਕੀ ਵਟੀਂਦੀ ਹੈ? ਇਹ ਤਾਂ ਰਾਜ ਭਵਨ ਵਾਲਿਆਂ ਨੇ ਡਿਸਾਈਡ ਕਰਨਾ ਐਂਡ ਵੀਲ ਡਿਸਾਈਡ ਜੇ ਜਿੱਦਾਂ ਦਾ ਵਟ ਐਵਰ ਡਿਸੀਜਨ ਦੇ ਟੇਕ ਵੀਲ ਡਿਸਾਈਡ। ਇਹ ਸਾਨੂੰ ਨਾ ਇਹਨਾਂ ਸਾਨੂੰ ਕਿਸਾਨਾਂ ਨੂੰ ਦਾਣੇ ਬਣਾਉਣ ਵਾਲਾ ਇੱਕ ਸੰਦ ਸਾਂਭਲਿਆ ਇਹਨਾਂ ਨੇ ਵੀ ਬਸ ਇਹਨਾਂ ਦਾ ਸ਼ਾਬਾਸ਼ ਦਾਓ, ਦਾਣੇ ਬਣਾ ਲਓ। ਦਾਣੇ ਹੁਣ ਇਹਨਾਂ ਕੋਲ ਹੋ ਗਏ ਨੇ ਵਾਧੂ, ਪਹਿਲਾਂ ਇਹ ਮਿੰਨਤਾਂ ਕਰਦੇ ਸੀ ਅਮਰੀਕਾ ਦੀਆਂ, ਕਦੇ ਕਿਹੜੇ ਦੇਸ਼ਾਂ ਦੀਆਂ ਵੀ ਸਾਨੂੰ ਕਣਕ ਦੇ ਦਿਓ ਅਸੀਂ ਭੁੱਖੇ ਮਰਦੇ ਹਾਂ, ਹੁਣ ਇਹ ਦਾਣੇ ਹੋ ਗਏ ਵਾਧੂ, ਹੁਣ ਸਾਡੇ ਲੱਤਾਂ ਮਾਰਦੇ ਨੇ। ਕੋਈ ਗੱਲ ਨਹੀਂ, ਇਹ ਦਿਨ ਆਊ, ਕੋਈ ਦੂਰ ਨਹੀਂ ਹੈਗਾ। ਕਿਸਾਨ ਇਕੱਠੇ ਹੋ ਰਹੇ ਨੇ, ਕੱਲ੍ਹ 1.25 ਲੱਖ ਕਿਸਾਨ ਸੀ ਸੜਕਾਂ 'ਤੇ, ਅਗਲੇ ਸਾਲ ਅਗਲੇ 2-4 ਦਿਨਾਂ 'ਚ 10 ਲੱਖ ਕਿਸਾਨ ਵੀ ਆਜੂਗਾ। ਕੋਈ ਗੱਲ ਨਹੀਂ, ਅਸੀਂ ਵੇਟ ਕਰਦੇ ਹਾਂ, ਅਸੀਂ ਡੀਕ ਕਰਦੇ ਹਾਂ, ਅਸੀਂ ਚੰਗੇ ਸ਼ਹਿਰੀ ਹੋਣ ਦਾ ਚੰਗਾ ਵਧੀਆ ਤਰ੍ਹਾਂ ਬੈਠੇ ਹਾਂ, ਸਾਨੂੰ ਸੱਦ ਲੈਣਗੇ ਠੀਕ ਆ, ਨਹੀਂ ਫਿਰ ਅਸੀਂ ਅਗਲਾ ਪ੍ਰੋਗਰਾਮ ਉਲੀਕਾਂਗੇ। ਅਤੇ ਤੁਸੀਂ ਕਿਵੇਂ ਦੇਖਦੇ ਹੋ ਅਕਾਲੀ ਦਲ ਦੀ ਭੂਮਿਕਾ ਨੂੰ, ਕਿਵੇਂ ਦੇਖਦੇ ਹੋ ਕਾਂਗਰਸ ਦੀ ਭੂਮਿਕਾ ਨੂੰ, ਕਿਵੇਂ ਦੇਖਦੇ ਹੋ ਪਾਰਟੀਆਂ 'ਤੇ ਵਿਸ਼ਵਾਸ ਰਿਹਾ? ਕੋਈ ਵਿਸ਼ਵਾਸ ਨਹੀਂ, ਹੁਣ ਅਸੀਂ ਇਕੱਠੇ ਹੋ ਗਏ ਹਾਂ ਜਥੇਬੰਦੀਆਂ, ਸਾਨੂੰ ਕੋਈ ਵਿਸ਼ਵਾਸ ਨਹੀਂ, ਅਸੀਂ ਮੂਹਰੇ ਲਾ ਲੈਣੀਆਂ ਨੇ, ਅਸੀਂ ਲਾ ਲਿਆ ਅਕਾਲੀ ਦਲ ਸਿੱਧਾ ਕਰ ਲਿਆ, ਭਾਜਪਾ ਰਹਿ ਗਈ ਆ, ਅਸੀਂ ਉਹ ਵੀ ਕਰ ਲੈਣਾ। ਕੋਈ ਗੱਲ ਨਹੀਂ, ਅਸੀਂ ਪਿੰਡਾਂ 'ਚ ਨਹੀਂ ਵੜਨ ਦੇਣੇ, ਸਾਨੂੰ ਆਉਂਦੇ ਆ ਕਰਨੇ, ਅਸੀਂ ਪੁਰਾਣੇ ਲੜਦੇ ਹਾਂ, ਰਾਜਵਾਲ ਸਾਹਿਬ ਬੈਠੇ 50 ਸਾਲ ਦੇ ਲੜਦੇ ਆ, ਲੱਖੋਵਾਲ ਸਾਹਿਬ 50 ਸਾਲ ਦੇ ਲੜਦੇ ਆ, ਵੱਡੇ ਵੱਡੇ ਤਜਰਬੇ ਨੇ, ਅਸੀਂ ਸਿੱਧੇ ਕਰਨੀਆਂ, ਸਾਨੂੰ ਸਰਕਾਰਾਂ ਆਉਂਦੀਆਂ ਨੇ।